ਦੇਖੋ ਦੇਸ਼ ਦਾ ਪ੍ਰਧਾਨ ਮੰਤਰੀ ਸਾਰਿਆਂ ਦੇ ਪ੍ਰਧਾਨ ਮੰਤਰੀ ਹੁੰਦੇ ਆ, ਭਾਵੇਂ ਗਰੀਬ ਹੋਏ, ਭਾਵੇਂ ਅਮੀਰ ਹੋਏ, ਭਾਵੇਂ ਹਿੰਦੂ ਹੋਏ, ਭਾਵੇਂ ਕ੍ਰਿਸਚਨ ਹੋਏ, ਭਾਵੇਂ ਮੁਸਲਿਮ ਹੋਏ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਜੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ। ਐਂਡ ਮੈਂ ਬੀਜੇਪੀ ਨੂੰ ਵੀ ਪਾਰਟੀ ਨੂੰ ਬੇਨਤੀ ਕਰਨਾ ਚਾਹੁੰਦਾ, ਆਹ ਦੇਸ਼ ਸਾਰਿਆਂ ਦਾ, ਸਾਰੇ ਧਰਮਾਂ ਦਾ। ਉਹ ਸਿੱਖਣ ਸ਼੍ਰੋਮਣੀ ਅਕਾਲੀ ਦਲ ਤੋਂ ਜੋ ਪੰਜਾਬ ਵਿੱਚ ਜਿਹਦਾ ਇੱਕ ਏਜੰਡਾ ਹੈ ਅਮਨ ਸ਼ਾਂਤੀ ਭਾਈਚਾਰਕ ਸਾਂਝ। ਅਸੀਂ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸੀ, ਕ੍ਰਿਸਚਨ ਭਾਈਚਾਰਿਆਂ ਦਾ ਕੋਈ ਸ਼ੁਭ ਦਿਹਾੜਾ ਹੁੰਦਾ, ਬਾਦਲ ਸਾਹਿਬ ਆਪ ਜਾ ਕੇ ਮਨਾਉਂਦੇ ਸੀ, ਮੁਸਲਿਮ ਭਾਈਚਾਰਾ ਕੋਲ ਆਪ ਜਾ ਕੇ ਮਨਾਉਂਦੇ ਸੀ, ਅਤੇ ਹਿੰਦੂ ਭਾਈਚਾਰਾ ਦੇ ਆਪ ਜਾ ਕੇ ਉੱਥੇ ਜਾ ਕੇ ਸੇਵਾ ਕਰਦੇ ਜਾਂ ਮਿਲਦੇ ਸੀ। ਜੇ ਬਾਦਲ ਜੇ ਤਾਂਹੀਓ ਪੰਜਾਬ ਵਿੱਚ ਅਮਨ ਸ਼ਾਂਤੀ ਰਹੀ ਹੈ। ਦੇਸ਼ ਵਿੱਚ ਤਰੱਕੀ ਤਾਂ ਹੋਊਗੀ ਜੇ ਦੇਸ਼ ਵਿੱਚ ਅਮਨ ਸ਼ਾਂਤੀ ਰਹੂਗੀ, ਦੇਸ਼ ਤਰੱਕੀ ਤਾਂ ਹੋਊਗੀ ਜੇ ਇੱਥੇ ਸਾਰੇ ਭਰਾਵਾਂ ਵਾਂਗੂ ਰਹਿਣਗੇ। ਜੇ ਆਪਾਂ ਹੀ ਭਰਾਵਾਂ ਨੂੰ ਲੜਾਵਾਂਗੇ, ਆਹ ਬੜਾ ਅਨਫੋਰਚੁਨੇਟ ਹੈ।